ਅੱਜ ਦੋਸਤੋ ਸਤਿ ਸ਼੍ਰੀ ਅਕਾਲ ਲਓ ਸੀਵੀਆ ਫੇਰ ਹਾਜ਼ਰ ਆ ਸੀਵੀਆ ਤੁਹਾਨੂੰ ਪਤਾ ਨਵਾਂ ਕੋਈ ਨਾ ਕੋਈ ਸੱਪ ਕੱਢੀ ਰਾਦਾ ਤੁਹਾਡੇ ਸਾਹਮਣੇ ਆ ਮੈਂ ਕੋਈ ਆਪਦੇ ਕੋਲੋਂ ਸੱਪ ਨਹੀਂ ਕੱਢਦਾ ਹੁੰਦਾ ਅੱਜ ਦੀ ਜਿਹੜੀ ਤਾਜ਼ੀ ਖਬਰ ਆ ਰਹੀ ਹੈ 1 ਮਾਰਚ 2023 ਉੱਪਰ ਵੇਖ ਰਹੇ ਆ ਤੁਸੀਂ 1 ਮਾਰਚ 2023 ਸਵੇਰੇ ਪੌਣੇ 12 ਵਜੇ ਦੀ ਖਬਰ ਆ ਹੈ ਅੱਧਾ ਮਿਲੀਅਨ ਪ੍ਰਵਾਸੀਆਂ ਪ੍ਰਵਾਸੀ ਕਾਮਿਆਂ ਨੂੰ ਇਟਲੀ ਵਿੱਚ ਲਿਆਉਣ ਦੀ ਸਰਕਾਰ ਦੀ ਯੋਜਨਾ ਬਾਰੇ ਕੀ ਸੱਚ ਹੈ ਮਤਲਬ 5 ਲੱਖ ਵਿਦੇਸ਼ੀ ਕਾਮੇ ਇਟਲੀ ਵਿੱਚ ਲਿਆਉਣ ਬਾਰੇ ਸਰਕਾਰ ਨੇ ਗੱਲ ਫੇਰ ਚਲਾ ਲਈ ਆ ਇਹ ਮੰਤਰੀ ਲੋਲੋ ਵਿਜੀਦਾ ਲੋਲੋ ਵਿਜੀਦਾ ਖੇਤੀਬਾੜੀ ਮੰਤਰੀ ਖੇਤੀਬਾੜੀ ਮੰਤਰੀ ਦਾ ਇੱਕ ਬਿਆਨ ਦਿੱਤਾ ਉਹਦੇ ਤੇ ਜਿਹੜੀ ਇਹ ਖਬਰ ਸਾਹਮਣੇ ਆਈ ਹੈ ਤੇ ਅੱਗੇ ਪੜ੍ਹਦੇ ਆ ਪੰਜਾਬੀ ਜੀ ਪੜਾਂਗੇ ਪੰਜਾਬੀ ਚ ਕਰਕੇ ਪੜਾਂਗੇ ਇਹਨੂੰ ਵੀ ਕੀ ਲਿਖਦੇ ਆ ਕੀ ਨਹੀਂ ਇਹ ਤੇ ਇਹਦੇ ਵੀ ਕੰਮ ਦੀ ਮੰਗ ਪ੍ਰਵਾਸੀ ਸਰਕਾਰੀ ਪ੍ਰਚਾਰ ਫਰਲੂਸੀ ਫਰਮਾਨ ਜਿਹੜਾ ਕਿ ਇੱਕ ਪਾਸੇ ਤਾਂ ਉਹ ਜਿਹੜਾ ਤਰਾਸਦੀ ਹੋਈ ਆ ਜਿਹੜੀ ਕੈਸਤੀ ਦੀ ਉਹ ਇਹ ਤੇ ਪਿਆੰਤੇ ਦੋਸੀ ਹੈ ਜਿਹੜਾ ਪੀੜਤਾ ਬਾਰੇ ਬਿਆਨ ਬਿਆਨਾਂ ਦੇ ਵਾਰ ਵਿੱਚ ਘਿਰ ਰਿਹਾ ਤੇ ਕਈ ਮੌਕਿਆਂ ਤੇ ਉਹਨੂੰ ਮਤਲਬ ਬਿਆਨਾਂ ਦੇ ਵਿੱਚ ਘਿਰ ਗਿਆ ਜਿਹੜਾ ਪਿਆੰਤੇ ਦੋਸੀ ਗ੍ਰਹਿ ਮੰਤਰੀ ਤੇ ਉਸ ਤੋਂ ਬਾਅਦ ਖੇਤੀਬਾੜੀ ਮੰਤਰੀ ਫਰਾਂਚੈਸਕੋ ਲੋਲੋ ਲੋਲੋ ਬ੍ਰਿਗਾ ਬਿਗੀਦਾ ਨੈਸ਼ ਪਾਸਟ ਸੰਦੇਸ਼ ਭੇਜਿਆ ਵੀ ਇਸ ਸਾਲ ਅਸੀਂ ਲਗਭਗ 500000 ਮਤਲਬ 5 ਲੱਖ 5 ਲੱਖ ਕਾਨੂੰਨੀ ਪ੍ਰਵਾਸੀਆਂ ਨੂੰ ਕਾਨੂੰਨੀ ਤੌਰ ਤੇ ਦਾਖਲ ਕਰਨ ਦਾ ਕੰਮ ਕਰਾਂਗੇ ਮਤਲਬ 5 ਲੱਖ ਬੰਦਿਆਂ ਨੂੰ ਐਂਟਰ ਕਰਨਗੇ ਕਾਨੂੰਨੀ ਤੌਰ ਤੇ ਕੰਮਕਾਰ ਆਸਤੇ ਉਹਨੇ ਸਪਸ਼ਟ ਕੀਤਾ ਵੀ ਪ੍ਰਵਾਹ ਤੇ ਕੰਮ ਕਰਦਾ ਜਿਹੜਾ ਫਲੂਸੀ ਤੇ ਕੰਮ ਕਰਦਾ ਉਹਦੇ ਤੇ ਸਾਡੇ ਕੋਲੇ ਮਤਲਬ ਬਹੁਤ ਯੋਜਨਾਵਾਂ ਤੇ ਜਿਸ ਨੂੰ ਐਕਸ ਜਿਸ ਨੂੰ ਸਾਲਾਂ ਤੋਂ ਅੰਡੈਕਟ ਕੀਤਾ ਗਿਆ ਸੀਗਾ ਵੀ ਇਸ ਕੰਮ ਨੂੰ ਵੀ ਸਾਲਾਂ ਤੋਂ ਕੀਤਾ ਨਹੀਂ ਗਿਆ ਸੀਗਾ ਇੰਨੇ ਬੰਦੇ ਮਗਾਉਣ ਦਾ ਕੰਮ ਦੇ ਇਹਦੇ ਤੇ ਜਿਹੜਾ ਇਹ ਬਿਆਨ ਦੇ ਕੇ ਤੇ ਉਸ ਤੋਂ ਬਾਅਦ ਇਹਨੂੰ ਫਿਰ ਮਲੋਨੀ ਨੇ ਘੇਰ ਲਿਆ ਕੁਝ ਘੰਟਿਆਂ ਵਿੱਚ ਮਲੋਨੀ ਸਰਕਾਰ ਉਹਨਾਂ 5 ਲੱਖ ਪ੍ਰਵਾਸੀਆਂ ਨੂੰ ਇਟਲੀ ਲਿਆਉਣ ਦੀ ਯੋਜਨਾ ਦੀ ਚਰਚਾ ਤੇ ਇਸ ਲਈ ਮੰਤਰੀ ਨੂੰ ਇੱਕ ਕਦਮ ਪਿੱਛੇ ਹਟਣ ਲਈ ਹੋਣਾ ਪਿਆ ਮਜਬੂਰ ਮਤਲਬ ਇਹ ਜਿਹੜਾ ਖੇਤੀਬਾੜੀ ਮੰਤਰੀ ਨੇ ਬਿਆਨ ਤਾਂ ਇਹ ਦੇਤਾ ਪਰ ਪਿੱਛੇ ਹੋਣ ਪਿੱਛੇ हट ਗਿਆ ਕਿਹੜਾ ਬਿਆਨ ਦੇ ਕੇ ਗ੍ਰਹਿ ਮੰਤਰਾਲੇ ਦੀ ਪਰੇਸ਼ਾਨੀ ਮਤਲਬ ਗ੍ਰਹਿ ਮੰਤਰਾਲੇ ਵੀ ਪਰੇਸ਼ਾਨ ਹੋ ਗਿਆ ਰੂਸੀ ਪਰਮਾਨਾਂ ਵਿੱਚੋਂ ਮਤਲਬ 2023 ਦੇ ਵਿੱਚ ਜਿਹੜਾ 82000 ਐਂਟਰੀਆਂ ਦੀ ਭਵਿੱਖਬਾਣੀ ਕੀਤੀ ਹੈ ਇਹਨਾਂ ਨੇ ਤੇ ਦਰਸਾਉਂਦਾ ਹੈ ਕਿ ਇਟਲੀ ਨੂੰ ਪ੍ਰਵਾਸੀਆਂਾਂ ਦੀ ਲੋੜ ਹੈ ਜਿਹੜਾ ਮੇਨ ਗੱਲ ਆ ਭਾਈ ਲੋਲੋ ਬ੍ਰਿਗਾ ਬਿਗੀਦਾ ਜਿਹੜਾ ਖੇਤੀਬਾੜੀ ਮੰਤਰੀ ਆ ਉਹਨੇ ਕਿਹਾ ਵੀ ਇਹ ਜਿਹੜਾ 82000 ਹੈ ਇਹ ਤਾਂ ਪੰਜਵਾਂ ਹਿੱਸਾ ਹੀ ਆ ਇਹਦੇ ਚ ਹਜੇ ਹੋਰ ਬੰਦੇ ਚਾਹੀਦੇ ਆ ਇਟਲੀ ਵਾਸਤੇ ਇਟਲੀ ਦੇ ਜਿਹੜੇ ਸੈਕਟਰ ਆ ਟਰਾਂਸਪੋਰਟ ਖੇਤੀਬਾੜੀ ਤੀਜੇ ਜਰ ਦਰਜੇ ਦੇ ਤੇ ਹੋਰ ਸਾਡੇ ਖੇਤਰਾਂ ਵਿੱਚ ਮਤਲਬ ਬੇਅੰਤਗਾਂਤੇ ਬੰਦੇ ਚਾਹੀਦੇ ਬੇਅੰਤੀਆਂ ਕਰਦੇ ਆ ਉਹਨਾਂ ਨੇ ਇੱਥੇ ਸਪਸ਼ਟ ਕੀਤਾ ਵੀ ਜਿਹੜੀ ਇਹ ਐਲਾਨ ਕੀਤਾ ਗਿਆ ਸੀਗਾ ਇਟਲੀ ਦੇ ਵਿੱਚ ਦੱਸਿਆ ਇਹਨਾਂ ਨੇ ਵੀ 3 ਲੱਖ ਤੋਂ 5 ਲੱਖ ਦੇ ਵਿਚਕਾਰ ਨੌਕਰੀਆਂ ਜਿਹੜੀਆਂ ਉਪਲਬਧ ਦਾ ਕਾਨੂੰਨੀ ਇਮੀਗ੍ਰੇਸ਼ਨ ਨੂੰ ਜਨਮ ਦੇ ਸਕਦਾ ਵੀ ਇਹਨਾਂ ਨੌਕਰੀਆਂ ਦੇ ਕਰਕੇ ਕਾਨੂੰਨੀ ਇਮੀਗ੍ਰੇਸ਼ਨ ਉਸੇ ਚੀਜ਼ ਨੂੰ ਆਪਾਂ ਕਹਿ ਦਿੰਦੇ ਆ ਵੀ ਡਿਕਰੇਟੋ ਫਲੂਸੀ ਨੂੰ ਫੇਰ ਜਨਮ ਦੇ ਸਕਦਾ ਮੰਤਰੀ ਨੇ ਖੁਦ ਪੁਸ਼ਟੀ ਕੀਤੀ ਹੈ ਖੇਤੀਬਾੜੀ ਮੰਤਰੀ ਨੇ ਇਹ ਨਵੇਂ ਫਲੂਸੀ ਫਰਮਾਨ ਤੇ ਕੰਮ ਕਰਨ ਦਾ ਫੈਸਲਾ ਕੀਤਾ ਮਤਲਬ ਹੁਣ ਜਿਹੜੀ ਨਵੀਂ ਇਮੀਗ੍ਰੇਸ਼ਨ ਤੇ ਨਵੀਂ ਫਲੂਸੀ ਫਰਮਾਨ ਤੇ ਜਿਹੜਾ ਕੰਮ ਕਰਨ ਦਾ ਫੈਸਲਾ ਕਰ ਲਿਆ ਜਿਲ੍ਹਾ ਲੋਲੋ ਬਗੀਦਾ ਖੇਤੀਬਾੜੀ ਮੰਤਰੀ ਆ ਉਹਨਾਂ ਵੱਲੋਂ ਓਕੇ ਖੇਤੀਬਾੜੀ ਖੇਤੀਬਾੜੀ ਦੇ ਮਾਲਕਾਂ ਦੁਆਰਾ ਦਰਸਾਏ ਗਏ ਕਿਰਤ ਮੰਤਰੀ ਦੇ ਅੰਕੜੇ ਆ ਜਿਹੜੇ ਅੰਕੜੇ ਦੱਸਦੇ ਆ ਵੀ ਸਾਡੇ ਕੋਲੇ 2 ਲੱਖ ਤੇ 80 ਹਜ਼ਾਰ ਪਹਿਲਾਂ ਹੀ ਬੇਨਤੀਆਂ ਹਨ ਮਤਲਬ ਪਿਛਲੇ ਸਾਲ ਜਿਹੜੀਆਂ ਕੀਤੀਆਂ ਗਈਆਂ ਸੀ ਪਿਛਲੇ ਸਾਲ ਜਿਹੜੇ ਪੇਪਰ ਭਰੇ ਗਏ ਸੀ ਤੇ ਉਹਨਾਂ ਵਿੱਚੋਂ 280000 ਬੇਨਤੀਆਂ ਤੇ ਜਿਹੜੇ ਸਿਰਫ 80000 ਦਾ ਕੋਟਾ ਮਨਜ਼ੂਰ ਕੀਤਾ ਗਿਆ ਤੇ ਇਟਲੀ ਨੂੰ ਕੰਮ ਹੈ ਦੀ ਲੋੜ ਆ ਅਤੇ ਬੇਨਤੀਆਂ ਉੱਥੇ ਦੀਆਂ ਉੱਥੋਂ ਆ ਮਤਲਬ ਗੇਂ ਦਾ ਇਹ ਜਿਹੜੀ ਸਰਕਾਰ ਨੂੰ ਜਾਂਦੀ ਹੈ ਇੱਥੇ ਸਿੱਧਾ ਇਹਨਾਂ ਨੇ ਇਸ਼ਾਰਾ ਕੀਤਾ ਸਰਕਾਰ ਵੱਲ ਵੀ ਇਟਲੀ ਦੇ ਵਿੱਚ ਕੰਮ ਹੈ ਦੀ ਲੋੜ ਆ ਤੇ ਪਰ ਜਿਹੜੀਆਂ ਅਰਜ਼ੀਆਂ ਜਿਹੜੀਆਂ ਉਹ ਕੱਢੀਆਂ ਨਹੀਂ ਜਾ ਰਹੀਆਂ ਮੁੱਲੇ ਉਸਤੇ ਦਿੱਤੇ ਨਹੀਂ ਜਾ ਰਹੇਗੇ ਤੇ ਇਹਦੇ ਵਿੱਚੋਂ ਜਿਹੜਾ 80000 ਦਾ ਕੋਟਾ ਇਹਨਾਂ ਨੇ ਇਦਾਂ ਕੀ ਕੱਢਿਆ ਤੇ ਇਹ ਮਤਲਬ ਹੈ ਚੌਥਾ ਚੌਥਾ ਪੰਜਵਾਂ ਹੈ ਸਹੀ ਆ ਪੂਰੇ ਕੋਟੇ ਦਾ ਜਿਹਨੇ ਇੱਥੇ ਚਾਹੀਦੇ ਆ ਇੱਥੇ ਇਹਦਾ ਸਪਸ਼ਟ ਕੀਤਾ ਤੇ ਹੁਣ ਵੇਖੋ ਦੋਸਤੋ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਖੇਡ ਹੁਣ ਕਿੱਧਰ ਨੂੰ ਜਾਂਦੀ ਆ ਕਿਉਂਕਿ ਗ੍ਰਹਿ ਮੰਤਰਾਲੇ ਗ੍ਰਹਿ ਮੰਤਰਾਲੇ ਪਿਆਨ ਤੇ ਦੋਸੀ ਤੇ ਜਿਹੜਾ ਖੇਤੀਬਾੜੀ ਮੰਤਰੀ ਖੇਤੀਬਾੜੀ ਮੰਤਰੀਆਂ ਦਾ 5 ਲੱਖ ਬੰਦਿਆਂ ਦੀ ਮੰਗ ਕਰਤੀ ਹੈ ਕਿਰਾਂ ਬਿਆਨ ਦੇਦਾ ਤੀਰ ਕਮਾਂਡ ਚੋਂ ਨਿਕਲ ਚੁੱਕਾ ਉਹਨੇ ਕਿਹਾ ਵੀ ਜਿਹੜੇ 80 ਹਜ਼ਾਰ ਬੰਦੇ ਆ ਇਹ ਤਾਂ ਬਹੁਤ ਕੁਝ ਵੀ ਨਹੀਂ ਗੇ ਤੇ ਸਾਨੂੰ ਘੱਟੋ ਘੱਟ ਵੀ ਇਸ ਸਾਲ ਦੇ ਵਿੱਚ 3 ਤੋਂ 5 ਲੱਖ ਬੰਦਿਆਂ ਦੀ ਲੋੜ ਆ ਡੀ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਵੇਖਦੇ ਆ ਫਲੂਸੀ ਫਰਮਾਨ ਨਵਾਂ ਕੀ ਨੂੰ ਜਾਣਵ ਦਿੰਦਾ ਕੀ ਖੇਡ ਲੈ ਕੇ ਆਉਂਦੀ ਆ ਸਰਕਾਰ ਸਾਹਮਣੇ ਕੀ ਹੋ ਸਕਦਾ ਵੀ ਕਿਥੇ ਕੱਚੇ ਬੰਦਿਆਂ ਨੂੰ ਵੀ ਪੱਕਾ ਕਰਨ ਕਾਨੂੰਨੀ ਤੌਰ ਤੇ ਕਰਨ ਤੇ ਜਾਂ ਬਾਰੋਂ ਕਾਨੂੰਨੀ ਤੌਰ ਤੇ ਜਕਰਿਸਤੋ ਫਲੂਸੀ ਨਵੀਂ ਖੋਲਣਾ ਇਹ ਤਾਂ ਆਉਣ ਵਾਲਾ ਟਾਈਮ ਹੀ ਦੱਸੂਗਾ ਤੇ ਦੋਸਤੋ ਆਪਾਂ ਖਬਰ ਉਹੀ ਤੁਹਾਡੇ ਨਾਲ ਸ਼ੇਅਰ ਕਰਦੇ ਹੁੰਨੇ ਆ ਜਿਹੜੀ ਕਿ ਸਰਕਾਰ ਵੱਲੋਂ ਆਉਂਦੀ ਆ ਤੇ ਇਸੇ ਕਰਕੇ ਨਾਲ ਤੁਹਾਨੂੰ ਸਕਰੀਨ ਰਿਕਾਰਡਿੰਗ ਵੀ ਇਸੇ ਕਰਕੇ ਵਿਖਾਉਣੇ ਆ ਤਾਂ ਕਿ ਕੋਈ ਮੇਰਾ ਵੀਰ ਇਦਾਂ ਨਾ ਕਹੇ ਕਿ ਆਪ ਦੇ ਕੋਈ ਖਬਰਾਂ ਬਣਾ ਬਣਾ ਛੱਡੀ ਜਾਂਦੇ ਆ ਤੇ ਖਬਰਾਂ ਦੇ ਨਾਲ ਜੁੜੇ ਰਹਿਣਾ ਉਸੇ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹਜੇ ਤੱਕ ਉਹ ਜਰੂਰ ਕਰ ਲੋ ਤਾਂ ਕਿ ਜਿਹੜੀ ਹੋ ਹੋ ਸਕਦਾ ਕੱਲ ਨੂੰ ਹੋ ਸਕਦਾ ਕਦੋਂ ਵੀ ਹੋ ਕੋਈ ਨਵੀਂ ਖਬਰ ਅਪਡੇਟ ਆਉਂਦੀ ਹੈ ਤੇ ਤੁਹਾਡੇ ਨਾਲ ਆਪਾਂ ਸ਼ੇਅਰ ਜਿਹੜੀ ਕਰਦੇ ਰਹਿੰਦੇ ਆ ਹਰ ਟਾਈਮ ਹਰ ਤਰ੍ਹਾਂ ਦੀ ਖਬਰ ਹਰ ਵਿਸ਼ੇ ਤੇ ਖਬਰ ਇਟਾਲੀਅਨ ਵੌਇਸ ਅਸਰੀਕਾਲ ਸਾਰਿਆਂ ਨੂੰ